ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਣ ਵਾਲੀ ਹੈ ਤੇ ਇਹ ਬੈਠਕ 11 ਵਜੇ ਚੰਡੀਗੜ੍ਹ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਹੋਵੇਗੀ। ਕਿਹਾ ਜਾ ਰਿਹਾ ਕਿ ਇਸ ਬੈਠਕ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਵੀ ਹੋਣ ਜਾ ਰਹੇ ਨੇ। ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਵਨੀਤ ਜੀ। ਵਨੀਤ, ਜਿਹੜੀ ਹੈ ਅਹਿਮ ਬੈਠਕ, ਕੈਬਨਿਟ ਦੀ ਅਹਿਮ ਮੀਟਿੰਗ ਹੋਣ ਵਾਲੀ ਆ, ਉਸਦੇ ਵਿੱਚ ਵੱਡੇ ਫੈਸਲੇ ਜਿਹੜੇ ਆ ਉਹ ਵੀ ਹੋਣ ਜਾ ਰਹੇ ਨੇ, ਕਿਵੇਂ ਇਸ ਬੈਠਕ ਨੂੰ ਅਹਿਮ ਮੰਨਿਆ ਜਾ ਰਿਹਾ? ਬਿਲਕੁਲ, ਦੇਖੋ ਪੰਜਾਬ ਕੈਬਨਿਟ ਦੀ ਜਿਹੜੀ ਬੈਠਕ ਹੈ ਅੱਜ ਸਵੇਰੇ 11 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸੈਕਟਰੀਏਟ ਦੇ ਵਿੱਚ ਹੋਊਗੀ। ਔਰ ਇਸ ਬੈਠਕ ਦੇ ਵਿੱਚ ਜਿਸ ਢੰਗ ਦੇ ਨਾਲ ਕਈ ਵੱਡੇ ਮਸਲੇ ਵਿਚਾਰੇ ਜਾਣੇ ਨੇ, ਹਾਲਾਂਕਿ ਜਿਹੜਾ ਕੈਬਨਿਟ ਦਾ ਏਜੰਡਾ ਹੈ ਉਹ ਕੈਬਨਿਟ ਮੀਟਿੰਗ ਸ਼ੁਰੂ ਹੋਣ ਤੇ ਹੀ ਟੇਬਲ ਕੀਤਾ ਜਾਊਗਾ, ਕਿਉਂਕਿ ਇਸ ਕੈਬਨਿਟ ਮੀਟਿੰਗ ਤੋਂ ਤੁਰੰਤ ਬਾਅਦ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਹੈ ਤੇ ਉਸ ਸੈਸ਼ਨ ਦੇ ਵਿੱਚ ਵੀ ਜਿਹੜਾ ਬਿਜ਼ਨਸ ਪੇਸ਼ ਕੀਤਾ ਜਾਣਾ ਉਸ ਬਿਜ਼ਨਸ ਨੂੰ ਵੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਮਨਜ਼ੂਰੀ ਦਿੱਤੀ ਜਾਏਗੀ। ਜਿਹੜੇ ਬਿੱਲ ਜਾਂ ਫਿਰ ਜਿਹੜੇ ਏਜੰਡੇ ਵਿਧਾਨ ਸਭਾ ਦੇ ਵਿੱਚ ਸਰਕਾਰ ਲਿਆਉਣਾ ਚਾਹੁੰਦੀ ਹੈ ਉਹਨਾਂ ਨੂੰ ਕੈਬਨਿਟ ਦੇ ਵਿੱਚ ਮਨਜ਼ੂਰੀ ਦਿੱਤੀ ਜਾਏਗੀ। ਲੇਕਿਨ ਇਸ ਤੋਂ ਪਹਿਲਾਂ ਜਿਹੜੀ ਸਾਡਾ ਕੋਲ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਕਿ ਪੰਚਾਇਤੀ ਰਾਜ ਐਕਟ ਜਿਹੜਾ ਹੈ ਉਸਦੇ ਵਿੱਚ ਪਿਛਲੀ ਵਾਰ ਸਰਕਾਰ ਜਿਹੜੀ ਹੈ ਸੋਧ ਕਰਨਾ ਚਾਹੁੰਦੀ ਸੀ, ਲੇਕਿਨ ਕੁਝ ਕਾਰਨਾਂ ਵਜੋਂ ਸੋਧ ਨਹੀਂ ਹੋਇਆ ਜਿਹੜੀ ਪਿਛਲੀ ਕੈਬਨਿਟ ਸੀ, ਤੇ ਇਸ ਵਾਰ ਪੰਚਾਇਤੀ ਰਾਜ ਐਕਟ ਦੇ ਵਿੱਚ ਸੋਧ ਕਰਨ ਨੂੰ ਲੈ ਕੇ ਕੈਬਨਿਟ ਮੀਟਿੰਗ ਦੇ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡਾ ਹੈ ਕਿ ਸਰਕਾਰ ਦੀ ਮਨਸ਼ਾ ਹੈ ਕਿ ਪੰਚਾਇਤਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਦਖਲ ਅੰਦਾਜ਼ੀ ਨਾ ਹੋਏ। ਪੰਚਾਇਤਾਂ ਜਿਹੜੀਆਂ ਨੇ ਉਹ ਸਰਬ ਸਹਿਮਤੀ ਦੇ ਨਾਲ ਪੰਚ ਤੇ ਸਰਪੰਚ ਚੁਣਨ, ਉਸਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਆਪਸੀ ਭਾਈਚਾਰਾ ਹੈ ਉਹ ਚੋਣਾਂ ਕਰਕੇ ਖਰਾਬ ਹੁੰਦਾ ਹੋਇਆ ਨਜ਼ਰ ਨਾ ਆਏ। ਇਸ ਕਰਕੇ ਇਸ ਐਕਟ ਦੇ ਵਿੱਚ ਸੋਧ ਕੀਤੀ ਜਾ ਸਕਦੀ ਹੈ ਕਿ ਆਹ ਚੋਣਾਂ ਜਿਹੜੀਆਂ ਨੇ ਸਿੰਬਲ ਰਹਿਤ ਹੋਣ, ਯਾਨੀ ਸਿੰਬਲ ਤੋਂ ਬਿਨਾਂ ਹੀ ਆਹ ਚੋਣਾਂ ਹੋਣ, ਕੋਈ ਵੀ ਪਾਰਟੀ ਸਿੰਬਲ ਤੇ ਆਪਣਾ ਕੈਂਡੀਡੇਟ ਇਨ ਚੋਣਾਂ ਦੇ ਵਿੱਚ ਨਾ ਲਾਏ, ਤੇ ਇਸ ਐਕਟ ਦੇ ਵਿੱਚ ਸੋਧ ਹੋ ਸਕਦੀ ਹੈ। ਇਸ ਤੋਂ ਇਲਾਵਾ ਜਿਸ ਢੰਗ ਦੇ ਨਾਲ ਪਿਛਲੇ ਕੁਝ ਸਮਾਂ ਤੋਂ ਸਰਕਾਰ ਦੀ ਇੱਕ ਪਾਲਿਸੀ ਚੱਲ ਰਹੀ ਹੈ ਕਿ ਜਿਹੜੀ ਸੂਬੇ ਦੇ ਵਿੱਚ ਤਕਰੀਬਨ 15,000 ਅਵੈਧ ਕਲੋਨੀਆਂ ਬਣੀਆਂ ਸੀ ਉਹਨਾਂ ਨੂੰ ਰੈਗੂਲਰਾਈਜ਼ ਕਿਸ ਤਰ੍ਹਾਂ ਕੀਤਾ ਜਾਏ, ਤੇ ਉਸਦੇ ਵਿੱਚ ਇੱਕ NOC ਦੀ ਜਿਹੜੀ ਸ਼ਰਤ ਸੀ, ਹਾਲਾਂਕਿ ਪਿਛਲੀ ਵਾਰ ਖੁਦ ਮੁੱਖ ਮੰਤਰੀ ਕਹਿੰਦੇ ਨਜ਼ਰ ਆਏ ਸੀ ਕਿ NOC ਦੀ ਜਿਹੜੀ ਸ਼ਰਤ ਹੈ ਉਸਨੂੰ ਹਟਾ ਦਿੱਤਾ ਜਾਏਗਾ, ਲੇਕਿਨ ਉਸਦੀ ਅੱਗੇ ਦੀ ਜਿਹੜੀ ਪ੍ਰਕਿਰਿਆ ਸੀ ਉਸ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਅੱਜ ਦੀ ਕੈਬਨਿਟ ਦੇ ਵਿੱਚ ਵਿਚਾਰ ਹੋ ਸਕਦਾ ਹੈ। ਇਸ ਦੇ ਨਾਲ ਹੀ ਇੰਡਸਟਰੀਅਲਿਸਟ ਜਿਹੜੇ ਨੇ ਉਹਨਾਂ ਨੂੰ ਰਾਹਤ ਦੇਣ ਸੰਬੰਧੀ ਅੱਜ ਦੀ ਕੈਬਨਿਟ ਦੇ ਵਿੱਚ ਕੋਈ ਵੱਡਾ ਫੈਸਲਾ ਹੋ ਸਕਦਾ, ਕਿਉਂਕਿ ਸਰਕਾਰ ਦੀ ਮਨਸ਼ਾ ਹੈ ਕਿ ਵੱਧ ਤੋਂ ਵੱਧ ਇੰਡਸਟਰੀ ਜਿਹੜੀ ਹੈ ਪੰਜਾਬ ਦੇ ਵਿੱਚ ਸਥਾਪਿਤ ਹੋਏ, ਤੇ ਇਸ ਕਰਕੇ ਕੁਛ ਨਿਯਮ ਜਿਹੜੇ ਇੰਡਸਟਰੀ ਪੋਲਿਸੀ ਦੇ ਹੈ ਉਸਨੂੰ ਹੋਰ ਜ਼ਿਆਦਾ ਸਰਲ ਕੀਤਾ ਜਾ ਸਕਦਾ ਹੈ ਅੱਜ ਦੀ ਕੈਬਨਿਟ ਦੇ ਵਿੱਚ, ਇਸ ਤੇ ਵੀ ਵਿਚਾਰ ਹੋ ਸਕਦਾ ਹੈ। ਇਸ ਤੋਂ ਇਲਾਵਾ ਵੀ ਹੋਰ ਕਈ ਏਜੰਡੇ ਹੈ ਜਿਹੜੇ ਅੱਜ ਦੀ ਮੀਟਿੰਗ ਦੇ ਵਿੱਚ ਵਿਚਾਰੇ ਜਾ ਸਕਦੇ ਨੇ, ਲੇਕਿਨ ਫਿਲਹਾਲ ਆਹ 3 ਏਜੰਡੇ ਜਿਹੜੇ ਨੇ ਇਹਨਾਂ ਦੇ ਬਾਰੇ ਜਾਣਕਾਰੀ ਮਿਲ ਪਾ ਰਹੀ ਹੈ। ਦੇਖਣ ਵਾਲੀ ਗੱਲ ਰਹੇਗੀ ਕਿ ਜਦੋਂ 11 ਵਜੇ ਕੈਬਨਿਟ ਮੀਟਿੰਗ ਸ਼ੁਰੂ ਹੁੰਦੀ ਹੈ ਤਾਂ ਹੋਰ ਕਿਹੜੇ ਕਿਹੜੇ ਮਸਲਿਆਂ ਦੇ ਉੱਪਰ ਚਰਚਾ ਹੁੰਦੀ ਹੈ ਔਰ ਪੰਜਾਬ ਦੀ ਬਿਹਤਰੀ ਲਈ ਪੰਜਾਬ ਸਰਕਾਰ ਹੋਰ ਕਿਹੜੇ ਨਵੇਂ ਬਿੱਲ ਔਰ ਜਿਹੜੇ ਫੈਸਲੇ ਹੈ ਉਹ ਲੈਂਦੀ ਹੋਈ ਨਜ਼ਰ ਆਊਗੀ ਜੀ। ਧੰਨਵਾਦ ਵਨੀਤ, ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ। ਅਸੀਂ ਮੇਰੇ ਸਹਿਯੋਗੀ ਵਨੀਤ, ਜਿਨ੍ਹਾਂ ਨੇ ਦੱਸਿਆ ਕਿ ਅੱਜ 11 ਵਜੇ ਚੰਡੀਗੜ੍ਹ ਦੇ ਵਿੱਚ ਕੈਬਨਿਟ ਦੀ ਅਹਿਮ ਮੀਟਿੰਗ ਹੈ ਅਤੇ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਇਹ ਬੈਠਕ ਜਿਹੜੀ ਹੋਵੇਗੀ। 2 ਸਤੰਬਰ ਤੋਂ ਮਾਨਸੂਨ ਸੈਸ਼ਨ ਜਿਹੜਾ ਇਜਲਾਸ ਉਹ ਵੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅੱਜ ਅਹਿਮ ਬੈਠਕ ਆ। ਸਵੇਰੇ 11 ਵਜੇ ਸੀਐਮ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਕੱਤਰੇਤ 'ਚ ਹੋਵੇਗੀ ਇਹ ਮੀਟਿੰਗ। 2 ਸਤੰਬਰ ਤੋਂ ਸ਼ੁਰੂ ਹੋਵੇਗਾ ਮਾਨਸੂਨ ਇਜਲਾਸ ਤੇ ਇਹ ਵੀ ਕੈਸ ਲਗਾਏ ਜਾ ਰਹੇ ਨੇ ਕਿ ਇਸ ਬੈਠਕ ਦੇ ਵਿੱਚ ਵੱਡੇ ਫੈਸਲੇ ਹੋ ਸਕਦੇ ਨੇ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ TV YouTube, Facebook, Instagram, X ਔਰ
व्हाट्सएप चैनल पर।